ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੰਗਤ ਜੀ ਜਿਵੇਂ ਕਿ ਆਪਾਂ ਜਾਣਦੇ ਆ ਕਿ ਪੰਜਾਬ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਲਗਭਗ ਬਣ ਚੁੱਕੀ ਆ 117 ਸੀਟਾਂ ਦੇ ਵਿੱਚੋਂ ਲਗਭਗ 88 99 90 ਤਕਰੀਬਨ 90 ਸੀਟਾਂ ਦੇ ਲਾਗੇ ਆਮ ਆਦਮੀ ਪਾਰਟੀ ਕੱਲੀ ਲੈ ਚੁੱਕੀ ਆ ਸੋ ਬਿਲਕੁਲ ਰੋਲ ਜਿਹੜੀ ਸਰਕਾਰ ਆ ਉਹ ਆਮ ਆਦਮੀ ਪਾਰਟੀ ਦੀ ਬਣ ਚੁੱਕੀ ਆ ਇੱਕ ਸਾਭ ਦੀ ਸੋ ਵੇਖਣਾ ਹੁਣ ਇਹ ਹੋਵੇਗਾ ਕਿ ਇਹ ਪਾਰਟੀ ਪੰਜਾਬ ਦੇ ਲੋਕਾਂ ਦੀਆਂ ਆਸਾਂ ਤੇ ਕਿੰਨਾ ਕੁ ਖਰਾ ਉਤਰਦੀ ਆ ਅੱਜ ਤੱਕ 70-75 ਸਾਲ ਹੋ ਗਏ ਕੋਈ ਵੀ ਪਾਰਟੀ ਜਿੰਨੀਆਂ ਵੀ ਪਾਰਟੀਆਂ ਆਈਆਂ ਪੰਜਾਬ ਨੂੰ ਨਿਰਾਸ਼ ਹੀ ਕੀਤਾ ਇਹਨਾਂ ਨੇ ਪੰਜਾਬ ਦੀਆਂ ਆਸਾਂ ਤੇ ਖਰੀ ਨਹੀਂ ਉੱਤਰ ਪਾਈ ਪਤਾ ਨਹੀਂ ਕੀ ਗੱਲ ਪੰਜਾਬ ਦੀਆਂ ਜਾਂ ਆਸਾਂ ਹੀ ਬਹੁਤ ਵੱਡੀਆਂ ਨੇ ਜਾਂ ਇਹ ਪਾਰਟੀਆਂ ਜਿਹੜੀਆਂ ਆਈਆਂ ਪਹਿਲਾਂ ਉਹ ਉਹਨਾਂ ਵਿੱਚ ਕੋਈ ਕਮੀ ਸੀ ਇਹ ਹੁਣ ਵੇਖਣਾ ਹੋਵੇਗਾ ਕਿ ਇਹ ਜਿਹੜੀ ਸਰਕਾਰ ਆਮ ਆਦਮੀ ਪਾਰਟੀ ਦੀ ਬਣੀ ਆ ਹੁਣ ਇਹ ਪੰਜਾਬੀਆਂ ਦੀਆਂ ਆਸਾਂ ਤੇ ਕਿੰਨਾ ਖਰਾ ਉਤਰਦੀ ਹੈ ਕੀ ਇਹ ਪੰਜਾਬੀਆਂ ਨੂੰ ਇੱਥੇ ਪੰਜਾਬ ਦੇ ਵਿੱਚ ਨੌਕਰੀਆਂ ਦਵਾਵਾਂਦੀ ਆ ਜਾਂ ਕਿਸੇ ਵੀ ਢੰਗ ਨਾਲ ਪੰਜਾਬੀਆਂ ਨੂੰ ਖੁਸ਼ ਕਰ ਪਾਉਂਦੀ ਆ ਇਹ ਹੁਣ ਇਹ ਪਾਰਟੀ ਦੇ 5 ਸਾਲ ਜਿਹੜੇ ਆ ਉਹ ਇਹ ਸਰਕਾਰ ਚੱਲੂਗੀ ਤਾਂ ਹੀ ਪਤਾ ਲੱਗੇਗਾ ਸੋ ਪੰਜਾਬ ਦੇ ਲੋਕਾਂ ਦੇ ਬਾਰੇ ਇੱਕ ਗੱਲ ਤਾਂ ਕਹਿਣੀ ਬਣਦੀ ਆ ਕਿ ਪੰਜਾਬ ਦੇ ਲੋਕ ਇਨਸਾਫ ਪਸੰਦ ਰਹੇ ਨੇ ਸ਼ੁਰੂ ਤੋਂ ਤੇ ਹੁਣ ਵੀ ਇਨਸਾਫ ਪਸੰਦ ਨੇ ਇਹ ਇਨਸਾਫ ਨੂੰ ਲੱਭਦੇ ਰਹਿੰਦੇ ਪਰ ਇਹਨਾਂ ਨੂੰ ਕਿਤੇ ਉਹ ਮਿਲਦਾ ਨਹੀਂ ਸੋ ਇਹ ਆਸ ਦੀ ਕਿਰਨ ਜਾਗੀ ਹੈ ਸੋ ਵੇਖੋ ਕਿੰਨਾ ਚਿਰ ਚੱਕ ਜਗਦੀ ਆ ਬਾਕੀ ਸਾਰੀਆਂ ਸਰਕਾਰਾਂ ਦੀ ਜ਼ਮੀਰ ਤਾਂ ਮਰ ਗਈ ਸੋ ਵਾਹਿਗੁਰੂ ਜੀ ਸਾਡੇ ਵੱਲੋਂ ਸਾਡੇ ਚੈਨਲ ਵੱਲੋਂ ਜੀਜੀਐਨ1 ਵੱਲੋਂ ਸਾਰੇ ਆਮ ਆਦਮੀ ਪਾਰਟੀ ਦੇ ਵਰਕਰਸ ਨੂੰ ਐਮਐਲਐਸ ਨੂੰ ਬਹੁਤ ਬਹੁਤ ਮੁਬਾਰਕਾਂ ਕੰਗਰੈਚੁਲੇਸ਼ਨਸ ਸੋ ਵਾਹਿਗੁਰੂ ਮੇਹਰ ਕਰੇ ਸੱਚੇ ਪਾਤਸ਼ਾਹ ਜਿਹੜੇ ਪੰਜਾਬ ਦੇ ਲੋਕ ਇੱਥੋਂ ਬਾਹਰ ਜਾਂਦੇ ਨੇ ਵਾਹਿਗੁਰੂ ਕਰੇ ਐਸਾ ਜੇ ਸਮਾਂ ਆਵੇ ਕਿ ਬਾਹਰ ਵਾਲੇ ਲੋਕ ਇੱਥੇ ਆ ਕੇ ਆਪਣਾ ਕੰਮ ਕਰਨਾ ਪਸੰਦ ਕਰਨ ਸੋ ਵਾਹਿਗੁਰੂ ਸੱਚੇ ਪਾਤਸ਼ਾਹ ਕਿਰਪਾ ਕਰੇ ਇੱਕ ਵਾਰੀ ਫੇਰ ਬਹੁਤ ਬਹੁਤ ਮੁਬਾਰਕਾਂ ਆਮ ਆਦਮੀ ਪਾਰਟੀ ਨੂੰ ਜੀ ਸੋਸੰਗਤ ਜੀ ਇਹ ਜਿੱਤ ਆ ਉਹਨਾਂ ਲੋਕਾਂ ਦੀ ਜਿਹੜੇ ਇਨਸਾਫ ਪਸੰਦ ਨੇ ਜਿਹੜੇ ਇਨਸਾਫ ਲਈ ਲੜਦੇ ਨੇ ਜਿਹੜੇ ਕਿਸੇ ਦਾ ਬੁਰਾ ਹੁੰਦਾ ਵੇਖ ਕੇ ਉਸ ਲਈ ਖੜਦੇ ਨੇ ਉਸ ਨੂੰ ਉਸ ਲਈ ਲੜਦੇ ਨੇ ਸੋਸੰਗਤ ਜੀ ਬਹੁਤੀ ਕਿਸੇ ਤੇ ਆਸ ਵੀ ਨਾ ਰੱਖਿਓ ਕਿਉਂਕਿ ਸਾਨੂੰ ਸਾਡੇ ਬਾਪੂ ਗੁਰੂ ਗੋਬਿੰਦ ਸਿੰਘ ਜੀ ਨੇ ਕੱਲੇ-ਕੱਲੇ ਨੂੰ ਲੀਡਰ ਬਣਾਇਆ ਵਾ ਅਸੀਂ ਕਿਸੇ ਦੇ ਵਿੱਚੋਂ ਲੀਡਰ ਨਹੀਂ ਲੱਭਣਾ ਅਸੀਂ ਆਪਣੇ ਵਿੱਚੋਂ ਹੀ ਆਪਣਾ ਲੀਡਰ ਲੱਭਣਾ ਆ ਤੇ ਜਿੱਥੇ ਵੀ ਕਿਸੇ ਨਾਲ ਬੇਇਨਸਾਫੀ ਹੁੰਦੀ ਆ ਉਥੇ ਡਟ ਕੇ ਖੜੋਣਾ ਆ ਇਹੋ ਹੀ ਸਾਡਾ ਧਰਮ ਆ ਇਹੋ ਹੀ ਸਾਡਾ ਕਰਮ ਆ ਇਹੋ ਹੀ ਇੱਥੇ ਕੰਮ ਆਉਣਾ ਆ ਇਹੋ ਹੀ ਉੱਥੇ ਕੰਮ ਆਉਣਾ ਵਾ ਵਾਹਿਗੁਰਜੀ ਦਾ ਖਾਲਸਾ ਵਾਹਿਗੁਰਜੀ ਕੀ ਫਤਿਹ